अच्छा सलामत, 3 महीने का किले का बिल हो गया जी, अज कटने वाले भी आए थी। कसूर तेरा होंदा, तनखावां साडियां चो कट लैना। वे बादशाह की सोचन दे जे, ओ जा मेरा दिमाग ना खराब कर। बादशाह दा गुड्डा बुलंद हो, मैनू यकीन है कि तुसी मेरे कोलों कोई स्कीम पुछण वास्ते मैनू याद कीता होना। ओ बादशाह एक ही गल होई यार, जेड़ा काम होंदा तू अथू को करो ना, असी करो आंबल आने यार, सारे को भी कोई काम कराया कर। तू कर ला बेटे, पर जे काम ना होया तो मैं बुरा जहा मूह ला देना नालो। अच्छू बेटे, आ बच्चा बहुत तड़फिया फिरता, इनू काम दे के दी तबीयत ना सैट कर दी है। हुंदी ते कर दियो ना, मैं तेरे भरा नू कढ़ता ही अपनी कंट्री दे विच्चों। ओ बेवकूफ ने पता की कीता ही, एक बहुत ही खतरनाक डाकू नू नसा दिता ही उस पागल ने। ਤੁਹਾਡਾ ਵੀ ਨਾ ਕੋਈ ਹਾਲ ਨਹੀਂ ਗਾ ਵੈਸੇ, ਹਰ ਗੱਲ ਤੁਸੀਂ ਮੇਰੇ ਭਰਾ ਤੇ ਹੀ ਪਾ ਦਿੰਦੇ। ਮੈਨੂੰ ਤੇ ਇਰਾਦਾ ਹੈ ਕਿ ਵਰਲਡ ਟ੍ਰੇਡ ਸੈਂਟਰ ਵੀ ਮੇਰੇ ਭਰਾ ਨਹੀਂ ਸੁੱਕਿਆ। ਵੀ ਤੂੰ ਬਹੁਤ ਬੋਲਦੀ ਆ ਵੀ ਭਰਾ ਦੇ ਹੱਕ ਦੇ ਵਿੱਚ। ਅੱਧੀ ਤੇ ਝੂਠ ਬੋਲਣਾ ਛੱਡ ਦੇ ਬਾਦਸ਼ਾਹ, 3 ਮਿੰਟੀ ਤੇਰਾ ਸ਼ੇਰ ਬਾਹਰ ਕੱਢ ਕੇ ਰੱਖ ਦਿੱਤਾ, ਜੇ ਕੱਢਦੇ ਹੋਇਆ ਮੇਰੇ ਹੱਥ ਸੜ ਜਾਂਦੇ ਤੇ ਤੂੰ ਤੇ ਪੱਟੀ ਲਈ ਪੈਸੇ ਵੀ ਨਹੀਂ ਸੀ ਦੇਣੇ। ਉਹ ਇਸ ਬਾਦਸ਼ਾਹ ਨੂੰ ਤੇਰੀ ਕਦਰ ਦਾ ਨਹੀਂ ਪਤਾ, ਮੇਰੇ ਕੋਲ ਲਾਹੌਰ ਆ, ਮੈਂ ਤੈਨੂੰ ਲੈਟਰੀ ਨਾ ਪਾ ਦਾਂਗਾ, ਬੜਾ ਕੰਮ ਚੱਲੂਗਾ। ਜਾਣਦੇ ਯਾਰ ਬਾਦਸ਼ਾਹ, ਛੋਟੇ ਜਿਹੇ ਕੰਮ ਵਾਸਤੇ ਤੂੰ 150 ਬੰਦਾ ਇਕੱਠਾ ਕਰ ਲਿਆ ਦਰਬਾਰ 'ਚ, ਮੇਰੇ ਕੋਲ ਇੱਕ ਐਸਾ ਬੰਦਾ ਹੈਗਾ ਜਿਹੜਾ 2 ਮਿੰਟ 'ਚ ਤੇਰਾ ਸ਼ੇਰ ਬਾਹਰ ਕੱਢ ਕੇ ਰੱਖ ਦੇਗਾ। ਉਹ 2 ਸਾਲ ਸਰਕਸ ਵਾਲਿਆਂ ਦਾ ਸ਼ੇਰ ਬਾਹਰ ਕੱਢਦਾ ਰਿਹਾ, ਜਦੋਂ ਸਰਕਸ ਵਾਲਿਆਂ ਨੇ ਉਹਨੂੰ ਬਾਹਰ ਕੱਢਦਾ ਤੇ ਉਹ 4-5 ਸਾਲ ਉਹਨਾਂ ਨੂੰ ਗਾਲਾਂ ਕੱਢਦਾ ਰਿਹਾ। ਤੁਹਾਨੂੰ ਨਹੀਂ ਪਤਾ ਉਹ ਮੇਰਾ ਭਰਾ ਏ, ਉਹ ਕੋਈ ਚੰਗਣਾ ਦਾ ਬੱਚਾ ਨਹੀਂ ਹੈਗਾ ਜਿਹਨੂੰ ਤੁਸੀਂ ਦਿਲੋਂ ਲਾ ਕੇ ਬੈਠੇ ਹੋਏ। ਓਏ ਉਹ ਤੇ ਏਡਾ ਬੇਵਕੂਫਾ, ਉਹਨੂੰ ਮੈਂ ਕਿਹਾ ਜਾ ਕੇਡੂ ਤੇ ਸਿਗਰ ਲੈ ਗਿਆ ਤੇ ਉਹ ਸਿਗਰ ਲੈਣ ਕੇਡੂ ਦੀ ਪਾਰਟੀ ਲਈ ਚਲਾ ਗਿਆ। ਮਹੀਨੇ ਬਾਅਦ ਆ ਕੇ ਮੈਨੂੰ ਕਹਿੰਦਾ ਬਾਦਸ਼ਾਹ ਸਲਾਮਤ, ਉੱਥੇ ਤਾਂ ਦੁਕਾਨ ਹੀ ਕੋਈ ਨਹੀਂ ਹੈਗੀ। ਇਹ ਤੇਰੇ ਮਾਂ ਪਿਓ ਨੇ ਕਾਹਨੂੰ ਜੰਮ ਲਿਆ ਇੰਨਾ ਨਿਕੰਮਾ, ਕੇਡੂ ਦੀ ਪਹਾੜੀ ਦੇ ਇਹਦੇ ਅੱਬੇ ਨੇ ਦੁਕਾਨ ਪਾਈ ਆ। ਹੈ ਹੈ ਹੱਥੋਂ ਕਿ ਤੁਸੀਂ ਤੇ ਮੇਰੇ ਭਰਾ ਦੇ ਪਿੱਛੇ ਪੈ ਗਏ। ਮੈਂ ਹੁਣ ਇਸ ਗੱਲ ਨੂੰ ਮੰਨ ਗਿਆ ਕਿ ਤੁਸੀਂ ਸਭ ਤੋਂ ਵੱਡੇ ਤੇ ਮਹਾਨ ਫਨਕਾਰ ਹੋ। ਤੂੰ ਮੈਨੂੰ ਮਹਾਨ ਕਹੀ ਜਾਂਦਾ ਤਾਂ ਤੇਰੀ ਮਿਹਰਬਾਨੀ ਆ, ਮੈਂ ਤਾਂ ਪੂਰਾ ਮਹੀਨਾ ਅਮਰੀਕਾ ਵੀ ਗਾ ਕੇ ਆਇਆ ਤੇ 150 ਰੁਪਈਆ ਮਿਲਿਆ ਮੈਂ। ਲੈ ਜਾ ਬੇਟੇ ਇਹਨੂੰ ਰੇ, ਲੈ ਜਾ ਲੈ ਲੈ ਲੈ। ਅੱਛੂ ਤੇ ਜ਼ੁਲਫੀ ਦੋਵੇਂ ਮੇਰੇ ਪੁੱਤ ਸਾਈਕਲ ਫੜੋ ਤੇ ਸਿੰਧ ਨਿਕਲ ਜਾਓ, ਤੇ ਮੇਰਾ ਸੁਨੇਹਾ ਲੈ ਕੇ ਜਾਓ ਸਿੰਧ ਦੇ ਬਾਦਸ਼ਾਹ ਕੋ, ਤੇ ਜਾਂਦੇ ਹੋਏ ਭੁਆਣੇ ਬਾਜ਼ਾਰ ਦੇ ਵਿੱਚੋਂ 6 ਕੇਲੇ ਵੀ ਲੈ ਜਾਇਓ, ਤੇ ਉਹਨੂੰ ਕਿਉਂ ਕਿਹਾ ਬਾਦਸ਼ਾਹ ਨੇ ਕੇਲੇ ਇਕੱਲੇ ਆ ਲੈ ਲਾ, ਜਿੱਥੇ ਤੇਰੀ ਮਰਜ਼ੀ ਭਜਵਾ ਵੇ ਲਿਆ। ਹਾਏ ਭਾਈ, ਫਾਂਸੀ ਕਾਹਤੋਂ ਦੇਣੀ ਸਾਨੂੰ? ਹਾਂ ਓਏ ਅਸੀਂ ਕੀਤਾ ਕੀ ਆ ਭਾਈ? ਇਹ ਤਾਂ ਹੁਣ ਮਰਨ ਤੋਂ ਬਾਅਦ ਮੋਬਾਈਲ ਤੇ ਪੁੱਛੇ ਬਾਦਸ਼ਾਹ ਨੂੰ, ਮੈਨੂੰ ਉਹਨੇ ਜੋ ਕਿਹਾ ਮੈਂ ਤੇ ਭਾਈ ਉਹੀ ਕੁਛ ਹੀ ਕਰਨਾ। ਮੈਂ ਤਾਂ ਦਵਾਈ ਦਵੂਈ ਖਾਣੀ ਹੁੰਦੀ ਆ, ਇਹਨੂੰ ਮਾਰ ਦਿਓ।